ਬਟਾਲਾ ਦੇ ਨਜ਼ਦੀਕੀ ਪਿੰਡ ਅਮੋ ਨੰਗਲ ਵਿਖੇ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਨੌਜਵਾਨ ਕਰਨਪਾਲ ਸਿੰਘ ਦੀ ਮ੍ਰਿਤਕ ਦੇ ਕਰੀਬ 20 ਦਿਨਾਂ ਬਾਅਦ ਕੈਨੇਡਾ ਤੋਂ ਪਿੰਡ ਘਰ ਪਹੁੰਚੇ। ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਦੇਖ ਕੇ ਹਰ ਇੱਕ ਦੀ ਅੱਖ ਨਮ ਦਿਖਾਈ ਦੇ ਰਹੀ ਸੀ। ਕਰਨਪਾਲ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਵਿੱਚ ਹੀ ਉਸ ਦੀ ਜੱਦੀ ਜ਼ਮੀਨ ਵਿੱਚ ਕੀਤਾ ਗਿਆ ਤੇ ਆਪਣੇ ਪੁੱਤਰ ਦੀ ਚਿਖਾ ਨੂੰ ਅਗਨੀ ਪਿਤਾ ਪਰਮਜੀਤ ਸਿੰਘ ਨੇ ਦਿੱਤੀ। ਜ਼ਿਕਰਯੋਗ ਹੈ ਕਿ 11 ਮਾਰਚ ਨੂੰ ਕੈਨੇਡਾ ਵਿੱਚ ਆਪਣਾ ਪੇਪਰ ਦੇ ਕੇ ਟੈਕਸੀ ਰਾਹੀਂ ਵਾਪਸ ਆਪਣੀ ਰਿਹਾਇਸ਼ ਨੂੰ ਆਉਂਦੇ ਸਮੇਂ ਟਰਾਲੇ ਨਾਲ ਹੋਈ ਜ਼ਬਰਦਸਤ ਟੱਕਰ ਵਿੱਚ ਕਰਨਪਾਲ ਸਿੰਘ ਸਮੇਤ ਟੈਕਸੀ ਸਵਾਰ 5 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਕਰਨਪਾਲ ਸਿੰਘ ਅਜੇ ਪਿਛਲੇ ਸਾਲ ਹੀ ਜਨਵਰੀ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਸੰਜੋਈ ਕੈਨੇਡਾ ਗਿਆ ਸੀ। ਕਰਨਪਾਲ ਸਿੰਘ ਆਪਣੇ ਨਾਨਕੇ ਅਤੇ ਦਾਦਕਿਆਂ ਸਮੇਤ 3 ਪਰਿਵਾਰਾਂ ਦਾ ਇਕਲੌਤਾ ਪੁੱਤਰ ਸੀ। ਕਰਨਪਾਲ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਕਿਹਾ ਕਿ ਕੈਨੇਡਾ 'ਚ ਮਾਰੇ ਗਏ ਪੰਜਾਬੀ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਲਿਆਉਣ ਵਿੱਚ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਈ ਵੀ ਮਦਦ ਨਹੀਂ ਕੀਤੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਨੇਤਾ ਪਰਿਵਾਰ ਦਾ ਹਾਲ ਜਾਣਨ ਜਾਂ ਦੁੱਖ ਵੰਡਾਉਣ ਲਈ ਨਹੀਂ ਆਇਆ। ਕੈਨੇਡਾ 'ਚ ਵੱਸਦੇ ਪੰਜਾਬੀਆਂ ਅਤੇ ਪੰਜਾਬੀ ਵਿਦਿਆਰਥੀਆਂ ਨੇ ਪੈਸੇ ਇਕੱਠੇ ਕਰਕੇ ਇਹਨਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ ਪਹੁੰਚਾਇਆ ਹੈ, ਜਿਸ ਲਈ ਉਹ ਕੈਨੇਡਾ 'ਚ ਵੱਸਦੇ ਪੰਜਾਬੀਆਂ ਅਤੇ ਪੰਜਾਬੀ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਜੇਕਰ ਚੰਗੀਆਂ ਹੋਣ ਤਾਂ ਨੌਜਵਾਨਾਂ ਨੂੰ ਦੇਸ਼ ਵਿੱਚ ਹੀ ਰੋਜ਼ਗਾਰ ਮੁਹੱਈਆ ਕਰਵਾਉਣ ਤਾਂ ਜੋ ਕੋਈ ਵੀ ਪਰਿਵਾਰ ਕਰਜ਼ਾ ਚੁੱਕ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ ਮਜਬੂਰ ਨਾ ਹੋਵੇ। ਜੋ ਬੀਤੇ ਦਿਨ ਘਟਨਾ ਵਾਪਰੀ ਕੈਨੇਡਾ ਦੇ ਵਿੱਚ, ਸਾਡੇ ਜੋ ਪਿੰਡ ਦਾ ਨੌਜਵਾਨ ਮੁੰਡਾ ਕਰਨਦੀਪ ਸਿੰਘ ਦੀ ਉੱਥੇ ਸੜਕਾਂ ਦੇ ਵਿੱਚ ਡੈਥ ਹੋ ਗਈ ਸੀ। ਉਸ ਦੀ ਅੱਜ 19-20 ਦਿਨ ਬਾਅਦ ਡੈੱਡ ਬੋਡੀ ਜਿਹੜੀ ਆ ਅੱਜ ਪੰਜਾਬ ਆਈ ਆ ਪਿੰਡ ਮਨੰਗਲ ਵਿੱਚ, ਅਤੇ ਬਹੁਤ ਹੀ ਵੱਡਾ ਜੋ ਦੁੱਖ ਹੈ ਪਰਿਵਾਰ ਅਤੇ ਇਲਾਕੇ ਦੇ ਵਿੱਚ ਹੋਇਆ ਹੈ। ਅਤੇ ਇਸ ਮਾੜੀ ਘਟਨਾ ਦੇ ਵਿੱਚ ਇੱਕ ਗੱਲ ਜ਼ਰੂਰ ਦੇਖੀ ਹੈ ਵੀ ਆਪਣੇ ਤਾਂ ਆਪਣੇ ਜਿਹੜੇ ਉਹਨਾਂ ਨੇ ਤਾਂ ਚਲੋ ਸਾਥ ਕਈ ਵੇਲੇ ਉਹ ਵੀ ਨਹੀਂ ਦਿੰਦੇ, ਪਰ ਜੋ ਉੱਚ ਅਧਿਕਾਰੀਆਂ ਦਾ ਆਪਣੇ ਹੁੰਦਾ ਆਪ ਫਰਜ਼, ਉਹਨਾਂ ਕਿਸੇ ਨੇ ਵੀ ਕੋਈ ਫਰਜ਼ ਨਹੀਂ ਨਿਭਾਇਆ। ਨਾ ਤਾਂ ਪਰਿਵਾਰ ਦੇ ਨਾਲ ਕਿਸੇ ਅਧਿਕਾਰੀ ਨੇ ਦੁੱਖ ਵੰਡਾਇਆ, ਨਾ ਕੋਈ ਹੌਸਲਾ ਅਫਜਾਈ ਕੀਤੀ, ਅਤੇ ਨਾ ਹੀ ਉਹਨਾਂ ਨੇ ਕੋਈ ਬਾਹਰੋਂ ਨੂੰ ਬੋਡੀ ਆਉਣ ਦੇ ਵਿੱਚ ਕੋਈ ਮਦਦ ਕੀਤੀ। ਅਤੇ ਪਰਿਵਾਰ ਨੇ ਬਹੁਤ ਹੀ ਇਹ ਔਖੇ ਘਟ ਦਿਨ ਹੁੰਦੇ ਨੇ, ਜੋ ਮਤਲਬ ਵੀ ਇਹ ਦਿਨਾਂ ਦੇ ਵਿੱਚੋਂ ਲੰਘਣਾ ਹੁੰਦਾ, ਜਿਸ ਨਾਲ ਬੀਤੀ ਉਹਨੂੰ ਪਤਾ ਹੁੰਦਾ ਜੀ ਵੀ ਰੋਜ਼ ਦਿਹਾੜੀ ਕਿਸ ਤਰ੍ਹਾਂ ਮਤਲਬ ਵੀ ਉਸ ਬਾਡੀ ਦੀ ਉਡੀਕ ਕਰਨੀ, ਅਤੇ ਕਿਸ ਤਰ੍ਹਾਂ ਅੱਜ ਇੰਨੀ ਉਡੀਕ ਦੇ ਬਾਅਦ ਬੋਡੀ ਆਈ ਆ ਅੰਮੋ ਨੰਗਲ ਪਿੰਡ ਵਿੱਚ, ਅਤੇ ਅੱਜ ਵੀ ਕੋਈ ਵੀ ਉੱਚ ਅਧਿਕਾਰੀ ਮਤਲਬ ਪਰਿਵਾਰ ਦੇ ਨਾਲ ਉਹ ਹੌਸਲਾ ਅਫਜਾਈ ਲਈ ਨਹੀਂ ਆਇਆ। ਸਰਕਾਰ ਕੋ ਇਹੀ ਮੰਗ ਕਰਦੇ ਹਾਂ ਵੀ ਉਹਨਾਂ ਦੀ ਵੱਧ ਤੋਂ ਵੱਧ ਹੁਣ ਕੋਈ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਜੋ ਹੌਸਲਾ ਹੋਵੇ, ਅਤੇ ਕੁਛ ਚਲੋ ਜੋ ਘਾਟਾ ਪੈ ਗਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ, ਪਰ ਜੋ ਸਰਕਾਰ ਜੇ ਆ ਜੇ ਕੁਛ ਨਾ ਕੁਛ ਇਹਨਾਂ ਦੇ ਹੁਣ ਕੀ ਕਹਿ ਦਿੰਦੇ ਆ ਵੀ ਸੱਟ ਲੱਗੀ ਆ ਮਲਮ ਪੱਟੀ ਦਾ ਹੀ ਕੰਮ ਹੁੰਦਾ ਜੀ, ਜੇ ਹੌਸਲਾ ਜੇ ਜੋ ਇਹਨਾਂ ਦੇ ਆਉਣ ਵਾਲੇ ਦਿਨ ਵਾ ਜੋ ਚੰਗੀ ਤਰ੍ਹਾਂ ਬਤੀਤ ਹੋ ਜਾਣ, ਉਹ ਤਾਂ ਸੱਟ ਸਾਰੀ ਉਮਰ ਯਾਦ ਰਹਿਣੀ ਜਿਹੜੀ ਹੋ ਗਈ ਜੀ। ਮੈਂ ਉਹਦੇ ਪਿਓ ਦੀ ਮਾਸੀ ਹਾਂ, ਮੇਰੀ ਅਪੀਲ ਤਾਂ ਦਲੀਲ ਆ, ਮੈਂ ਪੁੱਤ ਨੂੰ ਪੁੱਤ ਨਹੀਂ ਲਿਆ ਕੇ ਦੇ ਸਕਦੀ, ਮੇਰੀ ਸਰਕਾਰ ਗਾੜੀ ਅਪੀਲ ਆ, ਹੱਥ ਜੋੜ ਕੇ ਬੇਟੀ ਆ, ਇੱਦਾਂ ਦੀਆਂ ਜਵਾਨੀਆਂ ਪਰਦੇਸਾਂ 'ਚ ਨਾ ਜਾ ਕੇ ਮਰ, ਇੱਦਾਂ ਨਾ ਹਾਦਸੇ ਉਹਨਾਂ ਦੇ ਮਾਪੇ ਨਾ ਵੇਖਣ, ਤੁਹਾਡੇ ਗਾੜੀ ਹੱਥ ਜੋੜ ਕੇ ਮੇਰੀ ਅਪੀਲ ਆ, ਦੇਸ਼ ਤੋਂ ਬੇਰੁਜ਼ਗਾਰੀ ਦੂਰ ਕਰੋ ਔਰ ਦੇਸ਼ ਦੇ ਨੌਜਵਾਨਾਂ ਦੀ ਜਿਹੜੀ ਜਾਨਾਂ ਵਾਂ ਬਚਾਈਆਂ ਜਾਣ, ਉਹਨਾਂ ਦੇ ਮਾਪਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਜਿਹੜਾ ਵਾ ਉਹ ਆਪਣਾ ਜੀਵਨ ਨਿਰਵਾਹ ਕਰਨ। ਮੇਰੀ ਹੱਥ ਜੋੜ ਕੇ ਫਰਿਆਦ ਆ ਕਿ ਸਰਕਾਰ ਦੇ ਗਾੜੀ ਵੀ ਹੇ ਸਰਕਾਰੇ ਬੇਰੁਜ਼ਗਾਰੀ ਦੂਰ ਕਰ, ਇੱਦਾਂ ਦੇ ਹਾਦਸੇ ਵਾਪਰਨੇ, ਸਾਡੀ ਇੱਕ ਸਮਾਜਿਕ ਰਾਜਕ ਨੀਤੀ ਨੂੰ ਸਾਨੂੰ ਜ਼ਰੂਰ ਮੋਹਰੇ ਰੱਖ ਕੇ ਇਹ ਗਾੜੀ ਚੱਲਣਾ ਚਾਹੀਦਾ। ਮੈਂ ਸਰਕਾਰ ਗਾੜੀ ਹੱਥ ਜੋੜ ਕੇ ਅਪੀਲ ਕਰਦੀ ਹਾਂ, ਜੋ ਅੱਜ ਵਾਪਰਿਆ ਪਰਿਵਾਰ 'ਤੇ, ਜੋ ਅੱਜ ਦੁਨੀਆ 'ਤੇ ਵਾਪਰਿਆ, ਪੰਜਾਬ ਦੇ 4 ਨੌਜਵਾਨ ਨੇ, 4 ਇਕੱਲੇ ਇਕੱਲੇ ਨੇ, ਅੱਜ ਸਾਡਾ ਨਹੀਂ ਇਕੱਲਾ, 4 ਇਕੱਲੇ ਇਕੱਲੇ ਬੱਚੇ ਨੇ ਜਿਹੜੀ ਬੇਰੁਜ਼ਗਾਰੀ ਦੀ ਖਾਤਰ ਸਟੱਡੀ ਬੇਸ 'ਤੇ ਬਾਹਰ ਰੁਜ਼ਗਾਰ ਕਮਾਉਣ ਲਈ ਗਏ ਸੀ। ਹੱਥ ਜੋੜ ਕੇ ਬੇਨਤੀ ਆ ਸਰਕਾਰੇ, ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਮੁੜ ਕੇ ਕਿਸੇ ਦੇ ਨਾਲ ਹਾਦਸਾ ਨਾ ਵਾਪਰੇ। ਜੇ ਤੁਸੀਂ ਨਵੀਂ ਸਰਕਾਰ ਆਈ ਆ, ਜ਼ਰੂਰ ਬੇਰੁਜ਼ਗਾਰੀ ਦਿਓ, ਦਰ ਬਦਰ ਦਿਓ, ਤਜਰਬਾ ਦਰਜਾ ਬਦਰਜਾ ਦਿਓ, ਜ਼ਰੂਰ ਰੁਜ਼ਗਾਰ ਬਾਰੇ ਸੋਚੋ ਅਤੇ ਇਹੋ ਜਿਹੇ ਜਵਾਨੀਆਂ ਨੂੰ ਬਚਾਓ।